ਹੈਲੋ एवरीवन दिस इज साक्षी फ्रॉम ਮਲੇਰ ਕੋਟਲਾ I वेलकम यू ऑल ऑन ਮਿਹਨਤੀ ਬੱਚੇ ਆਮ ਤੌਰ ਤੇ ਤੁਸੀਂ ਇਗਜ਼ਾਮਸ ਦੇ ਵਿੱਚ ਕੁਐਸਚਨ ਦੇਖੇ ਹੋਣਗੇ ਕਿ ਸੋਰੋਫ ਬਿਹਾਰ ਕਿਹੜੀ ਰਿਵਰ ਨੂੰ ਬੋਲਦੇ ਆ ਹੌਰਨ ਆਫ ਅਫਰੀਕਾ ਕਿਹੜੀ ਕੰਟਰੀ ਨੂੰ ਬੋਲਦੇ ਆ ਇੰਡੀਆ ਦੀ ਫਾਈਨੈਂਸ਼ੀਅਲ ਕੈਪੀਟਲ ਕਿਹੜੀ ਹੈ ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਸਟੀਲ ਸਿਟੀ ਆਫ ਇੰਡੀਆ ਦੱਸੋ ਕਿਹੜੀ ਹੈ ਪੰਜਾਬ ਕੇਸਰੀ ਕਿਹੜੇ ਲੀਡਰ ਦਾ ਪੰਜਾਬ ਕੇਸਰੀ ਸਰਨੇਮ ਸੋ ਐਸੇ ਕਿਹੜੇ ਲੀਡਰ ਹੈ ਜਿਨ੍ਹਾਂ ਨੂੰ ਪੰਜਾਬ ਕੇਸਰੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਉਸ ਤੋਂ ਇਲਾਵਾ ਬਾਪੂ ਕਿਹੜੇ ਲੀਡਰ ਨੂੰ ਬੋਲਿਆ ਜਾਂਦਾ ਸੋ ਦੇਖੋ ਜਿਵੇਂ ਘਰ ਵਿੱਚ ਆਪਣਾ ਨਿਕਨੇਮ ਹੁੰਦਾ ਨਾ ਜਿਹਦੇ ਨਾਲ ਆਪਣੇ ਫਰੈਂਡਸ ਆਪਣੇ ਫੈਮਲੀ ਮੈਂਬਰਸ ਆਪਾਂ ਨੂੰ ਬੁਲਾਉਂਦੇ ਆ ਸਿਮਿਲਰਲੀ ਉਸੇ ਬੇਸਿਸ ਤੇ ਕੁਝ ਐਸੀ ਸਿਟੀਜ਼ ਹੈ ਕੰਟਰੀਜ਼ ਹੈ ਸਟੇਟਸ ਹੈ ਰਿਵਰਸ ਹੈ ਫੇਮਸ ਪਰਸਨੈਲिटीज ਹੈ ਵਰਡ ਸਿਟੀਜ਼ ਹੈ ਜਿਨ੍ਹਾਂ ਦੇ ਆਪਣੇ ਨਿਕਨੇਮ ਹੈ ਸੋ ਇਸ ਡਿਸਕਸ਼ਨ ਦੇ ਵਿੱਚ ਆਪਾਂ ਏ ਜਿਹੜਾ ਡਿਸਕਸ ਕਰਾਂਗੇ ਬਿਕੋਜ਼ ਇਹ ਟਾਪਿਕ ਬਹੁਤ ਇੰਪੋਰਟੈਂਟ ਹੈ ਇਗਜ਼ਾਮਸ ਦੇ ਵਿੱਚ ਆਉਂਦਾ ਚਾਹੇ ਤੁਸੀਂ ਕੋਈ ਵੀ ਸਟੇਟ ਲੈਵਲ ਇਗਜ਼ਾਮ ਦੀ ਗੱਲ ਕਰੋ ਪੰਜਾਬ ਦੇ ਜਿੰਨੇ ਪੇਪਰ ਹੈ ਉਹਨਾਂ ਵਿੱਚ ਤੁਸੀਂ ਕਦੇ ਨਾ ਕਦੇ ਇਹ ਟਾਪਿਕ ਚ ਕੁਐਸਚਨ ਦੇਖਿਆ ਹੋਊਗਾ ਪੱਕਾ ਓਕੇ ਉਸ ਤੋਂ ਇਲਾਵਾ ਅਗਰ ਆਪਾਂ ਨੈਸ਼ਨਲ ਲੈਵਲ ਇਗਜ਼ਾਮਸ ਦੀ ਗੱਲ ਕਰੀਏ ਫਾਰ ਇਗਜ਼ਾਮਪਲ SSC ਹੋ ਗਿਆ ਰੇਲਵੇਜ਼ ਹੋ ਗਿਆ ਉਹ ਇਗਜ਼ਾਮਸ ਦੇ ਵਿੱਚ ਵੀ ਇਹ ਟਾਪਿਕ ਚ ਕੁਐਸਚਨ ਆਉਂਦੇ ਹੀ ਆਉਂਦੇ ਆ ਸੋ ਜਿਹੜਾ ਅੱਜ ਦਾ ਟਾਪਿਕ ਹੈ ਉਹਨੂੰ ਆਪਾਂ ਟ੍ਰਿਕਸ ਦੀ ਹੈਲਪ ਨਾਲ ਡਿਸਕਸ ਕਰਾਂਗੇ ਸੋ ਟ੍ਰਿਕਸ ਦਾ ਫਾਇਦਾ ਕੀ ਹੋਊਗਾ ਹੁਣ ਜੇ ਮੈਂ ਆਪਾਂ 80 ਤੋਂ ਨੇਮਸ ਨੂੰ ਯਾਦ ਰੱਖਾਂਗੇ ਓਕੇ ਵੀ ਕਿਨੂੰ ਕੀ ਬੋਲਦੇ ਆ ਅਗਰ ਟ੍ਰਿਕਸ ਨਾਲ ਕੀਤਾ ਉਹ ਲੌਂਗ ਟਰਮ ਲਈ ਤੁਹਾਨੂੰ ਯਾਦ ਰਹੂਗਾ ਅਗਰ ਤੁਸੀਂ ਐਵੇਂ ਰੀਡ ਕਰ ਲੋਗੇ ਵੀ ਇਹਨੂੰ ਏ ਬੋਲਦੇ ਹਨ ਨੂੰ ਏ ਬੋਲਦੇ ਹਨ ਨੂੰ ਏ ਬੋਲਦੇ ਹਨ ਨਹੀਂ ਆਦ ਰਹਿਣਾ ਪੇਪਰ ਚ ਅਗਰ ਪੇਪਰ ਚ ਇਹ ਟਾਪਿਕ ਚ ਕੁਐਸਚਨ ਆ ਵੀ ਗਿਆ ਨਾ ਤੁਸੀਂ ਤਾਂ ਵੀ ਨਹੀਂ ਉੱਥੇ ਅਟੈਂਪਟ ਕਰ ਪਾਉਂਗੇ ਓਕੇ ਸੋ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹਨੀ ਆ ਲਾਈਫ ਚ ਹਮੇਸ਼ਾ ਇੱਕ ਗੱਲ ਯਾਦ ਰੱਖੋ ਤੁਹਾਨੂੰ ਇਹ ਕਹਾਵਤ ਵੀ ਸੁਣੀ ਹੋਊਗੀ ਇਹ ਸੋ ਸੋਨੇ ਆਰਦੀ ਇੱਕ ਲੋਹਾਰ ਦੀ ਓਕੇ ਸੋ ਇਸ ਕੇਸ ਦੇ ਵਿੱਚ ਨਾ ਲੋਹਾਰ ਬਣੋ ਮਤਲਬ ਜਿਹੜੀ ਚੀਜ਼ ਕਰ ਰਹੇ ਹੋ ਉਹਨੂੰ ਪੱਕੇ ਤਰੀਕੇ ਨਾਲ ਕਰੋ ਪੇਪਰ 'ਚ ਤਾਂ ਕਿ ਯਾਦ ਤਾਂ ਰਵੇ ਜੀਕੇ ਇਨੀ ਵਾਸਟ ਹੈ ਨਾ ਇਨੀਆਂ ਚੀਜ਼ਾਂ ਨੇ ਯਾਦ ਰੱਖਣ ਲਈ ਅਗਰ ਤੁਸੀਂ ਸਾਰੀਆਂ ਜਸਟ ਰੀਡ ਆਊਟ ਕਰੀ ਜਾਓਗੇ ਨਾ ਤੁਹਾਨੂੰ ਲੌਂਗ ਟਰਮ ਲਈ ਕੁਝ ਨਹੀਂ ਯਾਦ ਰਹਿਣਾ ਨਾ ਪੇਪਰ 'ਚ ਜਾ ਕੇ ਅਗਰ ਉਹ ਕੁਐਸਚਨ ਆ ਵੀ ਜਾਂਦਾ ਨਾ ਜਿੱਥੋਂ ਤੁਸੀਂ ਪੜ੍ਹਦੇ ਹੋ ਤਾਂ ਵੀ ਤੁਹਾਨੂੰ ਯਾਦ ਨਹੀਂ ਆਣਾ ਉਹਦਾ ਆਨਸਰ ਕੀ ਸੀ ਕਨਫਿਊਜ਼ ਹੋ ਜਾਓਗੇ ਉੱਥੇ ਜਾ ਕੇ ਦੋ ਜਾਂ ਤਿੰਨ ਆਪਸ਼ਨਸ ਦੇ ਵਿੱਚ ਸੋ ट्रिक्स ਨਾਲ ਕਰੋਗੇ ਵਧੀਆ ਤਰੀਕੇ ਨਾਲ ਕਰੋਗੇ ਚਾਹੇ ਥੋੜਾ ਕਿਤਾਊਗਾ ਬਟ ਯਾਦ ਰਹੂਗਾ ਪੇਪਰ ਚ ਤੇ ਫਾਇਦਾ ਵੀ ਦਊਗਾ ਓਕੇ ਪੇਪਰ ਚ ਅਗਰ ਇਹ ਟਾਪਿਕ ਚ ਕੁਐਸਚਨ ਆਊਗਾ ਨਾ ਤਾਂ ਤੁਸੀਂ ਮਾਰਕ ਕਰਕੇ ਆਉਂਗੇ ਤੁਹਾਨੂੰ ਕੋਈ ਡਾਊਟ ਨਹੀਂ ਹੋਊਗਾ ਕਿ ਇਹਦਾ ਆਨਸਰ ਇਹ ਹੈ ਕਿ ਇਹ ਹੈ ਸੋ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੋ ਜੀਕੇ ਬਹੁਤ ਵਾਸਟ ਹੈ ਕਿਸੇ ਵੀ ਇੱਕ ਸਟੂਡੈਂਟ ਲਈ ਸਾਰਾ ਕੁਝ ਕਰਨਾ ਇੰਪੋਸੀਬਲ ਹੈ ਤੁਸੀਂ ਕਰੋ 80% ਸਿਲੇਬਸ ਕਰੋ ਪਰ ਉਹ 80% ਤੇ ਐਸੀ ਪਕੜ ਬਣਾਓ ਕਿ ਪੇਪਰ ਚ ਅਗਰ ਹੋਵੇ ਵਿੱਚ ਕੁਐਸਚਨ ਆਂਦਾ ਤਾਂ ਤੁਹਾਨੂੰ ਆਂਦਾ ਹੋਵੇ ਉੱਥੇ ਇਗਜ਼ਾਮ ਦੇ ਵਿੱਚ ਤੁਸੀਂ ਕਨਫਿਊਜ਼ ਨਾ ਹੋ ਰਹੇ ਹੋ ਕਿ ਇਹਦਾ ਆਨਸਰ ਇਹ ਸੀ ਕਿ ਇਹੇ ਸੀ ਓਕੇ ਸੋ ਸਟਾਰਟ ਕਰਦੇ ਆਂ ਸੋ ਜਿਹੜੇ ਸਟੂਡੈਂਟਸ ਚੈਨਲ ਤੇ ਨਿਊ ਐ ਉਨਾਲੇ ਮੈਂ ਦੱਸਣਾ ਚਾਹੁੰਦੀ ਆ ਕਿ ਚੈਨਲ ਦੇ ਉੱਪਰ ਆਲਰੇਡੀ ਕਾਫੀ ਸਾਰੇ ਵੀਡੀਓਜ਼ ਅਵੇਲੇਬਲ ਆ ਜਿਨ੍ਹਾਂ ਦਾ ਪੀਐਸਪੀਸੀਲ ਦਾ ਐਗਜ਼ਾਮ ਹੈ ਸੋ ਤੁਸੀਂ ਟੈਸਟ ਸੀਰੀਜ਼ ਵੀ ਬਾਈ ਕਰ ਸਕਦੇ ਹੋ ਐਲਡੀਸੀ ਦੇ ਲਈ ਓਕੇ 8054070091 ਤੇ WhatsApp ਕਰਕੇ ਡਿਟੇਲਸ ਤੁਹਾਨੂੰ ਮਿਲ ਜਾਣਗੇ ਉਸ ਤੋਂ ਇਲਾਵਾ ਰੀਜ਼ਨਿੰਗ ਹੋਗੇ ਥੈਨ ਪੰਜਾਬ ਜੀ ਕੇ ਦੇ ਉੱਪਰ ਵੀ ਕੁਐਸਚਨਸ ਆ ਰਹੇ ਆ ਪੇਪਰ ਦੇ ਵਿੱਚ ਥੈਨ ਕੰਪਿਊਟਰ ਇੰਗਲਿਸ਼ ਕਰੰਟ ਅਫੇਅਰਸ ਉਸ ਤੋਂ ਇਲਾਵਾ ਗਰ ਯੂਨਾਈਟਿਡ ਨੇਸ਼ਨਸ ਦੀ ਗੱਲ ਕਰੀਏ ਸਪੋਰਟ ਸਟੈਟਿਕ ਜੀ ਕੇ ਦੈਨ ਡਾਂਸ ਵਾਲਾ ਟਾਪਿਕ ਸਵਾਜ ਨਿਕਨੇਮ ਵਾਲਾ ਟਾਪਿਕ ਵੀ ਹੋ ਜਾਊਗਾ ਓਕੇ ਇਕਨੋਮਿਕਸ ਪੋਲਿਟੀ ਹਿਸਟਰੀ ਇਹ ਸਾਰੀਆਂ ਸਬਜੈਕਟਸ ਦੇ ਉੱਪਰ ਤੁਹਾਨੂੰ ਵੀਡੀਓਜ਼ ਮਿਲ ਜਾਣਗੀਆਂ ਚੈਨਲ ਦੇ ਉੱਪਰ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੀ ਵਧੀਆ ਵਧੀਆ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਰਿਸੀਵ ਹੁੰਦੀ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਹੁਣ ਫਾਈਨਲੀ ਆਪਾਂ ਡਿਸਕਸ਼ਨ ਸਟਾਰਟ ਕਰਦੇ ਹਾਂ ਦੇਖੋ ਇਹ ਪਾਰਟ 1 ਹੈ ਇਤੋਂ ਬਾਅਦ ਕਿਉਂਕਿ ਇਹਨਾਂ ਕੁਝ ਇੱਕ ਵੀਡੀਓਜ਼ ਨਹੀਂ ਕਵਰ ਹੋ ਸਕਦਾ ਬਹੁਤ ਜ਼ਿਆਦਾ ਬੜੀ ਲੈਂਥ ਹੋ ਜਾਊਗੀ ਵੀਡੀਓ ਦੀ ਸੋ ਪਾਰਟ 2 ਦੇ ਵਿੱਚ ਬਾਕੀ ਦੀ ਬਚੀਆਂ ਚੀਜ਼ਾਂ ਨੂੰ ਡਿਸਕਸ ਕਰਾਂਗੇ ਓਕੇ ਸੋ ਸਭ ਤੋਂ ਪਹਿਲਾਂ ਜੈਪੁਰ ਨੂੰ ਤਿੰਨ ਨਾਮ ਤੋਂ ਜਾਣਿਆ ਜਾਂਦਾ ਪਿੰਕ ਸਿਟੀ ਪੈਰਿਸ ਆਫ ਇੰਡੀਆ ਸਿਟੀ ਆਫ ਪੈਲੇਸਿਸ ਇਹਦੀ ਟ੍ਰਿਕ ਕੀ ਹੈ ਸੁਪੋਜ਼ ਕਰੋ ਇੱਕ ਰਾਜ ਹੈ ਇਹ ਜਿਹੜਾ ਰਾਜ ਹੈ ਇਹ ਬਹੁਤ ਜ਼ਿਆਦਾ ਧਾਰਮਿਕ ਹੈ ਓਕੇ ਸੋ ਕਿਉਂਕਿ ਬਹੁਤ ਧਾਰਮਿਕ ਹੈ ਤਾਂ ਜਿਹੜਾ ਇਹਦਾ ਪੈਲੇਸ ਹੈ ਉਦੇ ਵਿੱਚ ਇਹਨੇ ਬਹੁਤ ਸਾਰੀਆਂ ਪ੍ਰਤਿਮਾ ਰੱਖੀਆਂ ਹੋਈਆਂ ਆ ਅਲੱਗ-ਅਲੱਗ ਗੋਲਦੀਆਂ ਓਕੇ ਸੋ ਇਹ ਰੋਜ਼ ਇਹਦਾ ਰੁਟੀਨ ਐ ਸੁਬਾ ਕੀ ਕਰਦਾ ਐ ਇਹ ਪਿੰਕ ਕਲਰ ਦੇ ਫਲਾਵਰਸ ਜਿਹੜੀ ਵੀ ਪ੍ਰਤਿਮਾ ਇਹਨੇ ਰੱਖੀਆਂ ਹੋਈਆਂ ਉਹਨਾਂ ਦੇ ਪੈਰਾਂ ਦੇ ਵਿੱਚ ਰੋਜ਼ ਪਿੰਕ ਕਲਰ ਦੇ ਫਲਾਵਰਸ ਚੜਾਂਦਾ ਪੂਜਾ ਕਰਦਾ ਐ ਤੇ ਉਹਨਾਂ ਦੀ ਜੈ ਕਰਦਾ ਐ ਓਕੇ ਸੋ ਇਹ ਟ੍ਰਿਕ ਨਾਲ ਆਈ ਹੋਪ ਤੁਹਾਨੂੰ ਸਾਰੇ ਯਾਦ ਹੋ ਜਾਣਗੇ ਦੇਖਦੇ ਆ ਕਿਵੇਂ ਸਭ ਤੋਂ ਪਹਿਲਾਂ ਆਪਾਂ ਨੇ ਕਿਹਾ ਕਿ ਪੈਲੇਸ ਆ ਉਹਦਾ ਸੋ ਰਾਜਾ ਦੇ ਪੈਲੇਸ ਤੋਂ ਤੁਹਾਨੂੰ ਸਿਟੀ ਆਫ ਪੈਲੇਸਿਸ ਯਾਦ ਹੋ ਗਿਆ ਉਹ ਤੋਂ ਬਾਅਦ ਨੈਕਸਟ ਆਪਾਂ ਨੇ ਕਿਹਾ ਆਈਡਲਸ ਐ ਉਹਨਾਂ ਦੇ ਆਈਡਲਸ ਤੇ ਜਿਹੜੇ ਪੈਰ ਐ ਉਹ ਤੇ ਉਹ ਹਮੇਸ਼ਾ ਪਿੰਕ ਕਲਰ ਦੇ ਫਲਾਵਰਸ ਚੜਾਂਦਾ ਸੋ ਪਿੰਕ ਫਲਾਵਰਸ ਨਾਲ ਤੁਹਾਨੂੰ ਪਿੰਕ ਸਿਟੀ ਯਾਦ ਹੋ ਗਿਆ ਪੈਰਾਂ 'ਚ ਚੜਾਂਦਾ ਹੈ ਪੈਰਾਂ ਤੋਂ ਪੈਰਿਸ ਯਾਦ ਹੋ ਗਿਆ ਤੇ ਆਪਾਂ ਕਿਹਦੀ ਗੱਲ ਕਰ ਰਹੇ ਹਾਂ ਕਿਹੜੀ ਸਿਟੀ ਦੀ ਗੱਲ ਕਰ ਰਹੇ ਹਾਂ ਉਹ ਤੁਹਾਨੂੰ ਕਿੱਥੋਂ ਯਾਦ ਹੋਊਗਾ ਜੈ ਤੋਂ ਜੈਪੁਰ आई होप ਤੁਹਾਨੂੰ ਸਮਝ ਆ ਗਿਆ ਹੋਵੇ ਟ੍ਰਿਕ ਕੁਐਸ਼ਨਸ ਵੀ ਡਿਸਕਸ ਕਰਾਂਗੇ ਨੈਕਸਟ ਪਾਰਟ ਦੇ ਵਿੱਚ ਓਕੇ ਤਾਂ ਕਿ ਤੁਹਾਡੀ ਰਿਵੀਸ਼ਨ ਹੋ ਜਾਏ ਸੋ ਹੁਣ ਇੱਥੇ ਆਪਾਂ ਗੱਲ ਕਰ ਰਹੇ ਹਾਂ ਹਾਈਦਰਾਬਾਦ ਨੂੰ ਤਿੰਨ ਨਾਮ ਤੋਂ ਜਾਣਿਆ ਜਾਂਦਾ ਹੈ ਸਿਟੀ ਆਫ ਪਰਲਸ ਪੇਪਰ 'ਚ ਸਿੱਧਾ ਕੁਐਸ਼ਨ ਆਊਗਾ ਸਿਟੀ ਆਫ ਪਰਲਸ ਕਿਹੜੀ ਇੰਨਾ ਵਿੱਚੋਂ ਕਿਹੜੀ ਸਿਟੀ ਹੈ ਜਿਹਨੂੰ ਸਿਟੀ ਆਫ ਪਰਲਸ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਸਿਟੀ ਆਫ ਪਰਲਸ ਸਿਟੀ ਆਫ ਨਿਜ਼ਾਮਸ ਹਾਈ ਟੈਕ ਸਿਟੀ ਹੁਣ ਇਹਨੂੰ ਕਿਵੇਂ ਯਾਦ ਰੱਖੋਗੇ ਦੇਖੋ ਇਹਨੂੰ ਤੁਸੀਂ ਐਵੇਂ ਯਾਦ ਰੱਖ ਸਕਦੇ ਹੋ ਕਿ ਜਿਹੜਾ ਨਿਜ਼ਾਮ ਆਫ ਹਾਇਦਰਾਬਾਦ ਆ ਆਪਾਂ ਹਿਸਟਰੀ ਦੇ ਵਿੱਚ ਪੜ੍ਹਦੇ ਹਾਂ ਨਿਜ਼ਾਮ ਆਫ ਹਾਇਦਰਾਬਾਦ ਉਹ ਕੀ ਸੀ ਉਹ ਬਹੁਤ ਜ਼ਿਆਦਾ ਰਿਚ ਪਰਸਨ ਸੀ ਕਿਉਂਕਿ ਰਾਜਾ ਸੀ ਸੋ ਰਿਚ ਸੀ ਅਗਰ ਰਿਚ ਸੀ ਉਹਦੇ ਜਿਹੜੇ ਸ਼ੌਂਕ ਹੋਣਗੇ ਉਹ ਵੀ ਬੜੇ ਹਾਈ ਟੈਕ ਹੋਣਗੇ ਓਕੇ ਮੀਨਸ ਉਹਨੂੰ ਲਗਜ਼ਰੀਅਸ ਲਾਈਫ ਪਸੰਦ ਆਉਗੀ ਸੋ ਉਹਨੂੰ ਪਰਲਸ ਵਗੈਰਾ ਖਰੀਦਣ ਦਾ ਜਾਂ ਪਰਲਸ ਦੀ ਚੇਨਸ ਵਗੈਰਾ ਪਾਉਣ ਦਾ ਬੜਾ ਹੀ ਸ਼ੌਂਕ ਸੀ ਓਕੇ ਸੋ ਇਹ ਦੋਨੋਂ ਸਾਰੇ ਇਥੋਂ ਨਾਮ ਯਾਦ ਹੋ ਜਾਣਗੇ ਦੇਖਦੇ ਆ ਕਿ ਮੇ ਨਿਜ਼ਾਮ ਆਫ ਹਾਈਦਰਾਬਾਦ ਤੋਂ ਨਿਜ਼ਾਮ ਤੇ ਹਾਈਦਰਾਬਾਦ ਦੀ ਗੱਲ ਕਰ ਰਹੇ ਆ ਇਹ ਪਤਾ ਲੱਗਿਆ ਬਹੁਤ ਜ਼ਿਆਦਾ ਰਿਚ ਸੀ ਕਿਉਂਕਿ ਰਾਜਾ ਸੀ ਤਾਂ ਓਬਵੀਅਸਲੀ ਰਿਚ ਹੋਊਗਾ ਤੇ ਉਹਦੇ ਸ਼ੌਂਕ ਆ ਜਿਹੜੇ ਛੋਟੇ-ਮੋਟੇ ਥੋੜੀ ਹੋਣਗੇ ਹਾਈ-ਟੈਕ ਸ਼ੌਂਕ ਹੋਣਗੇ ਸੋ ਹਾਈ-ਟੈਕ ਹਾਈ-ਟੈਕ ਓਕੇ ਥੈਨ ਉਹਨੂੰ ਪਰਲਸ ਦੀ ਚੇਨਸ ਵਗੈਰਾ ਪਾਉਂਦਾ ਬੜਾ ਸ਼ੌਂਕ ਸੀ ਸੋ ਪਰਲਸ ਸਿਟੀ ਆਫ ਪਰਲਸ ਦੇਖੋ ਇੱਕ ਵੇ ਹੁੰਦਾ ਚੀਜ਼ਾਂ ਨੂੰ ਯਾਦ ਰੱਖਣ ਦਾ ਚਾਹੇ ਤੁਸੀਂ ਜਿਹੜੀ ਮਰਜ਼ੀ ਟ੍ਰਿਕ ਨਾਲ ਯਾਦ ਰੱਖ ਲਓ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਮੈਨੂੰ ਜਿਹੜੀ ਟ੍ਰਿਕ ਸਹੀ ਲੱਗੀਆਂ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਓਕੇ ਓ ਤੋਂ ਬਾਅਦ ਸੋ ਹੁਣ ਆਪਣੇ ਕੋਲ ਨੈਕਸਟ ਨੇ ਕੁਇਨ ਆਫ ਹिल्स ਕੁਇਨ ਆਫ ਮਾਊਂਟੇਨਸ ਓਕੇ ਹੁਣ ਦੇਖੋ ਇਹਦੇ ਵਿੱਚ ਕਨਫਿਊਜ਼ਨ ਹੋ ਸਕਦੀ ਹੈ ਕਿ ਪੇਪਰ 'ਚ ਅਗਰ ਕੁਇਨ ਆਫ ਹिल्स ਹੀ ਬਜਾਏ ਤੁਸੀਂ ਮਸੂਰੀ ਲਿਖ ਕੇ ਆ ਸਕਦੇ ਹੋ ਕੁਇਨਸ ਆਫ ਮਾਊਂਟੇਨਸ ਤੇ ਡਾਜਲਿੰਗ ਲਿਖ ਕੇ ਆ ਸਕਦੇ ਹੋ ਹੁਣ ਇਹਨੂੰ ਕਿਵੇਂ ਯਾਦ ਰੱਖੋਗੇ ਸਪੋਜ਼ ਕਰੋ ਕੁਇਨ ਹੈ ਇਹ ਜਿਹੜੀ ਕੁਈਨ ਹੈ ਉਹਦਾ ਜਿਹੜਾ ਮਹਿਲ ਹੈ ਉਹ ਕਿਹਦੇ ਵਿੱਚ ਹੈ ਹਿਲਸ ਦੇ ਵਿੱਚ ਹੈ ਓਕੇ ਤੇ ਜਿਹੜੀ ਕੁਈਨ ਹੈ ਨਾ ਇਹ ਚਾਹ ਦੀ ਬੜੀ ਸ਼ੌਕੀਨ ਹੈ ਤੇ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਅੱਛੀ ਜਿਹੜੀ ਟੀ ਹੁੰਦੀ ਹੈ ਉਹ ਡਾਰਜਲਿੰਗ ਟੀ ਹੁੰਦੀ ਹੈ ਤੇ ਇਹਨੂੰ ਹੁੰਦਾ ਹੈ ਕਿ ਮੈਂ ਕੁਆਲਿਟੀ ਵਾਲੀ ਚੀਜ਼ ਪੀਣਾ ਕਿ ਮੈਂ ਕੁਈਨ ਐ ਐਵੇਂ ਛੋਟੀ ਮੋਟੀ ਥੋੜੀ ਐ ਓਕੇ ਸੋ ਇਹ ਡਾਰਜਲਿੰਗ ਟੀ ਪੀਣਾ ਪਸੰਦ ਕਰਦੀ ਐ ਸੋ ਤੁਸੀਂ ਇੱਥੇ ਯਾਦ ਰੱਖ ਸਕਦੇ ਹੋ ਕੁਈਨ ਆਫ ਹਿਲਸ ਡਾਰਜਲਿੰਗ ਨੂੰ ਬੋਲਦੇ ਆਂ ਉਹ ਤੋਂ ਬਾਅਦ ਨੈਕਸਟ ਹੈ ਕੀਨ ਆਫ ਮਾਊਂਟੇਨਸ ਮਸੂਰੀ ਇਹਨੂੰ ਯਾਦ ਰੱਖਣ ਦਾ ਬੜਾ ਹੀ ਸਿੰਪਲ ਤਰੀਕਾ ਹੈ ਐਮ ਫੋਰ ਮਾਊਂਟੇਨਸ ਐਮ ਫੋਰ ਮਸੂਰੀ ਸੋ ਤੁਸੀਂ ਇਸ ਚੀਜ਼ ਨਾਲ ਯਾਦ ਰੱਖ ਸਕਦੇ ਹੋ ਓਕੇ ਕਿਉਂਕਿ ਮਸੂਰੀ ਇੱਕ ਫੇਮਸ ਹਿੱਲ ਸਟੇਸ਼ਨ ਵੀ ਹੈ ਸੋ ਐਮ ਐਮ ਨਾਲ ਯਾਦ ਰੱਖ ਸਕਦੇ ਹੋ ਸੋ ਨੈਕਸਟ ਹੈ ਮੈਂਚੈਸਟਰ ਆਫ ਇੰਡੀਆ ਤੇ ਬੋਸਟਨ ਆਫ ਇੰਡੀਆ ਕਿਹਨੂੰ ਬੋਲਦੇ ਆਂ ਅਹਮਦਾਬਾਦ ਦੇਖੋ ਹੁਣ ਇੱਕ ਮੈਨ ਹੈ ਹੁਣ ਇੱਕ ਮੈਨ ਆ ਆਪਣੇ ਕੋਲ ਜਿਹੜਾ ਇਹ ਮੈਨ ਹੈ ਨਾ ਇਹ ਕਿਸੇ ਕੰਪਨੀ ਦਾ ਬਾਸ ਹੈ ਬਟ ਜਿਹੜਾ ਇਹ ਪਰਸਨ ਹੈ ਇਹ ਬਹੁਤ ਜ਼ਿਆਦਾ ਅਹੰਕਾਰੀ ਹੈ ਇਹਦੇ ਅੰਦਰ ਬਹੁਤ ਜ਼ਿਆਦਾ ਅਹਿਮ ਹੈ ਜਦੋਂ ਅਹੰਕਾਰੀ ਅਹਿਮ ਸੇਮ ਜਿਹੇ ਵਰਡਸ ਹੁੰਦੇ ਹਨ ਨਾ ਤੁਹਾਨੂੰ ਪਤਾ ਹੀ ਹੋਊਗਾ ਸੋ ਇਹਦੇ ਅੰਦਰ ਬਹੁਤ ਜ਼ਿਆਦਾ ਅਹਿਮ ਹੈ ਅਹੰਕਾਰੀ ਤਰ੍ਹਾਂ ਦਾ ਇਹ ਪਰਸਨ ਹੈ ਤਾਂ ਕਰਕੇ ਇਹਦਾ ਜਿਹੜਾ ਬਿਹੇਵੀਅਰ ਆਪਣੇ ਸਾਰੇ EMPLOYEES ਨਾਲ ਉਹ ਬਹੁਤ ਹੀ ਬੈਡ ਹੈ ਬਹੁਤ ਹੀ ਬੁਰਾ ਬਿਹੇਵੀਅਰ ਹੈ ਤਾਂ ਕਰਕੇ ਜਿਹੜੇ ਜਿੰਨੇ ਵੀ ਇਹਦੇ EMPLOYEES ਹੈ ਨਾ ਇਦਾਂ ਜਿਹੜੇ ਕੰਮ ਕਰ ਰਹੇ ਨੇ ਉਹ ਬਹੁਤ ਜ਼ਿਆਦਾ ਦੁਖੀ ਰਹਿੰਦੇ ਆ ਇਹ ਤੋਂ ਸੋ ਇਸ ਟ੍ਰਿਕ ਨਾਲ ਤੁਹਾਨੂੰ ਕਿਵੇਂ ਯਾਦ ਹੋ ਗਿਆ ਸਭ ਤੋਂ ਪਹਿਲਾਂ ਮੈਨ ਹੈ ਮੈਨ ਤੋਂ ਤੁਹਾਨੂੰ ਯਾਦ ਹੋ ਗਿਆ ਮੈਂਚੈਸਟਰ ਓਕੇ ਉਹ ਤੋਂ ਬਾਅਦ ਇਹ ਕਿਸੇ ਕੰਪਨੀ ਦਾ ਬੌਸ ਹੈ ਬੌਸ ਤੋਂ ਯਾਦ ਹੋ ਗਿਆ ਬੋਸਟਨ ਆਫ ਇੰਡੀਆ ਤੁਸੀਂ ਇਸ ਇਹ ਵਾਲੀ ਵੀ ਚੀਜ਼ ਦੇਖ ਸਕਦੇ ਹੋ ਕਿ ਕਿਸੇ ਇੰਡੀਅਨ ਕੰਪਨੀ ਦਾ ਬੌਸ ਹੈ ਤਾਂ ਕਿ ਇੰਡੀਆ ਵੀ ਯਾਦ ਰਵੇ ਓਕੇ ਉਹ ਤੋਂ ਬਾਅਦ ਹੁਣ ਇਹ ਪਰਸਨ ਦੇ ਅੰਦਰ ਬਹੁਤ ਜ਼ਿਆਦਾ ਅਹਿਮ ਹੈ ਬਹੁਤ ਅਹੰਕਾਰੀ ਹੈ ਤਾਂ ਉੱਥੋਂ ਤੁਹਾਨੂੰ ਅਹਿਮ ਯਾਦ ਹੋ ਗਿਆ ठीक है तो यह बिहेवियर अपने इंप्लॉयज़ नाल बहुत ज़्यादा बुरा बैड है सो बाद याद हो गया अहम बात ओके सो तीस इस ट्रिक याद रख सकते हो दोनों नेम उस नैक्सट अपने को है बेंगलुरु के बारे बेंगलुरु साइंस सिटी ऑफ इंडिया बोलते हैं सिलिकॉन वैली ऑफ इंडिया बोलते हैं इलैक्ट्रॉनिक सिटी ऑफ इंडिया बोलते हैं स्पेस सिटी बोलते हैं आई टी कैपीटल ऑफ इंडिया बोलते हैं गार्डन सिटी ऑफ इंडिया बोलते हैं हम इनू कि याद रखा बहुत सिंपल ट्रिक है ਦੇਖਣ ਚ ਲੱਗ ਰਿਹਾ ਹੋਊਗਾ ਕਿ ਇੰਨੇ ਨਾਮ ਕਿਵੇਂ ਯਾਦ ਹੋਗਾ ਦੇਖੋ ਸਾਇੰਸ ਨਾਲ ਰਿਲੇਟ ਕਰ ਦੋ ਹਰ ਇੱਕ ਚੀਜ਼ ਨੂੰ ਓਕੇ ਸਭ ਤੋਂ ਪਹਿਲਾਂ ਸਾਇੰਸ ਸਾਇੰਸ ਨਾਲ ਆਪਾਂ ਨੇ ਰਿਲੇਟ ਕਰਤਾ ਸਿਲੀਕਾਨ ਸਿਲੀਕਾਨ ਦੇ ਬਾਰੇ ਵੀ ਆਪਾਂ ਸਾਇੰਸ ਚ ਪੜ੍ਹਦੇ ਆਂ ਥੈਨ ਇਲੈਕਟ੍ਰੋਮੈਗਨੇਟਿਕ ਫੋਰਸ ਜਾਂ ਇਲੈਕਟ੍ਰਿਕ ਫੀਲਡ ম্যাগਨੇਟਿਕ ਫੀਲਡ ਠੀਕ ਹੈ ਇਲੈਕਟ੍ਰੋਨਿਕ ਜਿਹੜੇ ਚੀਜ਼ਾਂ ਨੇ ਉਹਨਾਂ ਬਾਰੇ ਵੀ ਆਪਾਂ ਸਾਇੰਸ ਚ ਪੜ੍ਹਦੇ ਆਂ ਸੋ ਤੁਸੀਂ ਕਿਸੇ ਵੀ ਤਰੀਕੇ ਨਾਲ ਯਾਦ ਰੱਖ ਸਕਦੇ ਹੋ ਜਿਵੇਂ ਤੁਹਾਨੂੰ ਈਜ਼ੀ ਲੱਗਦਾ ਹੈ ओके सो इलेक्ट्रॉनिक्स ਦੀ ਗੱਲ ਕਰਦਨੇ ਆ ਉਹ ਵੀ ਇੱਕ ਸਾਇੰਸ ব্রাঞ্চ ਟਾਈਪ ਬੋਲ ਸਕਦੇ ਆ ਆਪਾਂ ਉਸ ਤੋਂ ਇਲਾਵਾ ਅਗਰ ਆਪਾਂ ਸਪੇਸ ਦੀ ਗੱਲ ਕਰੀਏ ਸਪੇਸ ਵੀ ਪੂਰਾ ਸਾਇੰਸ ਅੰਡਰ ਆ ਜਾਂਦਾ ਹੈ ओके ਉਸ ਤੋਂ ਇਲਾਵਾ ਆਈਟੀ ਸੋ ਜਿਹੜਾ ਆਈਟੀ ਸੈਕਟਰ ਹੈ ਇਨਫੋਰਮੇਸ਼ਨ ਟੈਕਨੋਲੋਜੀ ਉਹ ਵੀ ਕਿਤੇ ਨਾ ਕਿਤੇ ਸਾਇੰਸ ਨਾਲ ਰਿਲੇਟਡ ਹੀ ਹੋਇਆ ओके ਤੇ ਗਾਰਡਨ ਗਾਰਡਨ ਦੇ ਅੰਦਰ ਕੀ ਹੁੰਦੇ ਬਹੁਤ ਸਾਰੇ ਫਲਾਵਰਸ ਹੁੰਦੇ ਆ ਤੇ ਫਲਾਵਰਸ ਦੀ ਆਪਾਂ ਸਟਡੀ ਕਿਦੇ ਵਿੱਚ ਕਰਦੇ ਆ ਸਾਇੰਸ ਦੇ ਵਿੱਚ ਹੀ ਕਰਦੇ ਆ ਨਾ ਸੋ ਇਹ ਚੀਜ਼ ਵੀ ਇੰਟਰ ਰਿਲੇਟ ਹੋ ਗਈ ਸੋ ਸਾਇੰਸ ਨਾਲ ਇਹ ਸਾਰੀਆਂ ਚੀਜ਼ਾਂ ਰਿਲੇਟਡ ਹੋ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਮੁਸ਼ਕਿਲ ਹੈ ਯਾਦ ਰੱਖਣਾ ਕਿ ਸਾਇੰਸ ਕਿਹਦੇ ਨਾਲ ਰਿਲੇਟਡ ਹੋਗਾ ਬੰਗਲੁਰੂ ਨਾਲ ਇਨਾਕ ਤਾਂ ਤੁਸੀਂ ਯਾਦ ਰੱਖ ਸਕਦੇ ਹੋ ਓਕੇ ਉਹ ਤੋਂ ਬਾਅਦ ਸੋ ਨੈਕਸਟ ਆਪਣੇ ਕੋਲ ਹੈ 골ਡਨ ਸਿਟੀ 골ਡਨ ਸਿਟੀ ਕਿਹੜੀ ਸਿਟੀ ਨੂੰ ਬੋਲਦੇ ਹਨ ਅੰਮ੍ਰਿਤਸਰ ਬਿਕੋਜ਼ ਸ੍ਰੀ ਹਰਿਮੰਦਰ ਸਾਹਿਬ ਉੱਥੇ ਅੰਮ੍ਰਿਤਸਰ ਦੇ ਵਿੱਚ ਹੈ ਨਾ 골ਡਨ ਟੈਂਪਲ ਇਸ ਲਈ ਅੰਮ੍ਰਿਤਸਰ ਨੂੰ ਗੋਲਡਨ ਸਿਟੀ ਵੀ ਬੋਲਦੇ ਆ ਉਸ ਤੋਂ ਇਲਾਵਾ ਮੈਂਚੈਸਟਰ ਆਫ ਪੰਜਾਬ ਮੈਂਚੈਸਟਰ ਆਫ ਪੰਜਾਬ ਕਿਹੜੀ ਸਿਟੀ ਨੂੰ ਬੋਲਦੇ ਆ ਲੁਧਿਆਣਾ ਇੰਡਸਟਰੀਅਲ ਸਿਟੀ ਵੀ ਬੋਲਦੇ ਆ ਲੁਧਿਆਣਾ ਨੂੰ ਓਕੇ ਤੇ ਲੁਧਿਆਣਾ ਦੇ ਵਿੱਚ ਹੀ ਪੰਜਾਬ ਦਾ ਸਟਾਕ ਐਕਸਚੇਂਜ ਵੀ ਹੈ ਯਾਦ ਰੱਖਿਓ ਉਹ ਤੋਂ ਬਾਅਦ ਸੋ ਨੈਕਸਟ ਆਪਣੇ ਕੋਲ ਹੈ ਅਲਾਹਾਬਾਦ ਨੂੰ ਸੰਗਮ ਸਿਟੀ ਬੋਲਦੇ ਆ ਅਬੋਰਡ ਆਫ ਗੋਡ ਬੋਲਦੇ ਤੇ ਸਿਟੀ ਆਫ ਪੀਐਮਸ ਬੋਲਦੇ ਆ ਅਗਰ ਆਪਾਂ ਅਲਾਹਾਬਾਦ ਦੇ ਵਿੱਚ ਅੱਲਾ ਵਰਡ ਦੀ ਗੱਲ ਕਰੀਏ ਗੋਡ ਦਾ ਨੇਮ ਹੈ ਸੋ ਇਹਨਾਂ ਨੂੰ ਤੁਸੀਂ ਅਬੋਰਡ ਆਫ ਗੋਡ ਯਾਦ ਰੱਖ ਸਕਦੇ ਹੋ ਅਬੋਰਡ ਦਾ ਮਤਲਬ ਕੀ ਹੁੰਦਾ ਹੈ ਘਰ ਭਗਵਾਨ ਦਾ ਘਰ ਕਿਨੂੰ ਬੋਲਦੇ ਆਲਾਹਾਬਾਦ ਨੂੰ ਓਕੇ ਉਹ ਤੋਂ ਬਾਅਦ ਸੰਗਮ ਸਿਟੀ ਬੋਲਦੇ ਆਲਾਹਾਬਾਦ ਨੂੰ ਇਹ ਕਿਵੇਂ ਯਾਦ ਰੱਖੋਗੇ ਆਲਾਹਾਬਾਦ ਦੇ ਵਿੱਚ ਹੀ ਗੰਗਾ ਯਮੁਨਾ ਸਰਸਵਤੀ ਸਰਸਵਤੀ ਦਾ ਮੇਲ ਹੁੰਦਾ ਹੈ ਮਤਲਬ ਸੰਗਮ ਹੁੰਦਾ ਤਿੰਨ ਨਦੀਆਂ ਦਾ ਸੋ ਇਹਨੂੰ ਸੰਗਮ ਸਿਟੀ ਵੀ ਬੋਲਦੇ ਆ ਸੋ ਥਰਡ ਗੇ ਸਿਟੀ ਆਫ ਪੀਐਮਸ इंडिया ਦੇ ਅਸੇ ਬਹੁਤ ਸਾਰੇ ਪੀਐਮਸ ਹੈ ਜੋ ਕਿ ਅਲਾਹਾਬਾਦ ਨੂੰ ਬਿਲੋਂਗ ਕਰਦੇ ਸੀ ਸੋ ਅਲਾਹਾਬਾਦ ਨੂੰ ਸਿਟੀ ਆਫ ਪੀਐਮਸ ਵੀ ਬੋਲਦੇ ਆ ਸੋ ਨੈਕਸਟ ਹੈ ਆਟੋ ਹਬ ਆਫ ਇੰਡੀਆ ਹੈਲਥ capital ਆਫ ਇੰਡੀਆ ਗੇਟਵੇ ਆਫ ਸਾਊਥ ਇੰਡੀਆ ਡੈਟਰਾਇਟ ਆਫ ਏਸ਼ੀਆ ਕਿਨੂੰ ਬੋਲਦੇ ਆ ਚੇਨਈ ਦੇਖੋ ਜੀ ਮੈਂ ਚਾਰ ਨਾਮ ਆਗਾ ਤੁਸੀਂ ਐਵੇਂ ਯਾਦ ਰੱਖਣ ਦੀ ਕੋਸ਼ਿਸ਼ ਕਰੋਗੇ ਨਾ ਮੈਨੂੰ ਨਹੀਂ ਲੱਗਦਾ ਤੁਹਾਨੂੰ ਯਾਦ ਰਹਿਣਗੇ ਹੁਣ ਦੇਖੋ ਇਹਨਾਂ ਵੀ ਆਪਾਂ ਟ੍ਰਿਕ ਦੀ ਹੈਲਪ ਨਾਲ ਯਾਦ ਕਰਦੇ ਆ ਸੁਪੋਜ਼ ਕਰੋ ਕੋਈ ਪਰਸਨ ਹੈ ਉਹ ਪਰਸਨ ਜਿਹੜਾ ਹੈ ਉਹ ਆਟੋ ਦੇ ਵਿੱਚ ਬੈਠ ਕੇ ਕਿਤੇ ਜਾ ਰਿਹਾ ਹੈ ਬਟ ਕੀ ਹੋਇਆ ਰਸਤੇ 'ਚ ਆਟੋ ਦਾ ਹੋ ਗਿਆ ਐਕਸੀਡੈਂਟ ਤਾਂ ਕਰਕੇ ਉਹ ਪਰਸਨ ਦੀ ਚਿੰਦ ਉੱਪਰ ਕਾਫੀ ਜ਼ਿਆਦਾ ਚੋਟ ਆਈ ਹੋਰ ਵੀ ਆਈਆਂ ہیں ਚੋਟ ਬਟ ਸਕਿਨ ਬਟ ਚਿੰਦ ਉੱਪਰ ਕਾਫੀ ਜ਼ਿਆਦਾ ਚੋਟ ਆਈ ਤਾਂ ਕਰਕੇ ਉਹਨੂੰ ਆਪਣੀ ਹੈਲਥ ਦੀ ਬਹੁਤ ਜ਼ਿਆਦਾ ਫਿਕਰ ਹੋਣ ਲੱਗ ਗਈ ਕਿ ਮੇਰੇ ਹੋਰ ਕਿਤੇ ਕੁਝ ਚੋਟ ਵਗੈਰਾ ਤਾਂ ਨਹੀਂ ਆਈ ਤਾਂ ਉਹਨੂੰ ਹੋਇਆ ਕਿ ਮੈਂ ਜਲਦੀ ਤੋਂ ਜਲਦੀ ਕੋਈ ਨਾ ਕੋਈ ਮੈਡੀਕਲ ਫੈਸਿਲਿਟੀ ਮਿਲੇ ਮੈਨੂੰ ਸੋ ਉੱਧ ਜਿਵੇਂ ਹੀ ਥੋੜਾ ਅੱਗੇ ਜਾਂਦਾ ਤਾਂ ਉਹਨੂੰ ਉੱਥੇ ਇੱਕ ਗੇਟ ਨਜ਼ਰ ਆਉਂਦਾ ਹੈ ਉਹ ਗੇਟ ਤੇ ਵੇ ਲਿਖਿਆ ਹੋਇਆ ਸੀ ਹਸਪੀਟਲ ਦਾ ਸੋ ਹਸਪੀਟਲ ਪਹੁੰਚ ਗਿਆ ਹਸਪੀਟਲ ਪਹੁੰਚ ਕੇ ਉਹਦਾ ਚੱਲਦਾ ਹੈ ਇਲਾਜ ਸਭ ਤੋਂ ਪਹਿਲਾਂ ਉਹਦੇ ਚਿੰਤਾ ਕਿਉਂਕਿ ਕਾਫੀ ਜ਼ਿਆਦਾ ਝੋਟ ਆਈ ਹੁੰਦੀ ਹੈ ਤਾਂ ਜ਼ਖਮ ਨੂੰ ਸਾਫ਼ ਕਰਨ ਦੇ ਲਈ ਡਾਕਟਰਸ ਕੀ ਕਰਦੇ ਆ ਡਿਟਾਲ ਦਾ ਯੂਜ਼ ਕਰਦੇ ਆ ਤੇ ਉਹਦਾ ਇਲਾਜ ਕਰਦੇ ਆ ਉਦੋਂ ਬਾਅਦ ਸੋ ਇਹ ਟ੍ਰਿਕ ਨਾਲ ਤੁਹਾਨੂੰ ਇਹ ਚਾਰੋਂ ਯਾਦ ਹੋ ਜਾਣਗੇ ਸਭ ਤੋਂ ਪਹਿਲਾਂ ਆਟੋ ਹਬ ਆਫ ਇੰਡੀਆ ਆਟੋ ਜੇ ਬੈ ਕੇ ਗਿਆ ਸੀ ਨਾ ਉਹ ਆਟੋ ਯਾਦ ਹੋ ਗਿਆ ਉਹ ਤੋਂ ਬਾਅਦ ਹੈਲਥ ਕੈਪੀਟਲ ਆਫ ਇੰਡੀਆ ਉਹ ਹੈਲਥ ਨਾਲ ਯਾਦ ਹੋ ਗਿਆ ਕਿਉਂਕਿ ਉਹਦੀ ਚਿੰਤੇ ਚੋਟ ਲੱਗੀ ਸੋ ਚਿੰਤੋਂ ਤੁਸੀਂ ਚਨਈ ਨੂੰ ਯਾਦ ਰੱਖ ਸਕਦੇ ਹੋ ਕਿ ਚਨਈ ਦੀ ਆਪਾਂ ਗੱਲ ਕਰ ਰਹੇ ਆ ਓਕੇ ਉਹਦੀ ਹੈਲਥ ਤੇ ਉਹਨੂੰ ਫਿਕਰ ਆਉਣ ਲੱਗਿਆ ਐਕਸੀਡੈਂਟ ਤੋਂ ਬਾਅਦ ਸੋ ਉਹਨੂੰ ਕੀ ਦਿਖਦਾ ਗੇਟ ਦਿਖਦਾ ਜਿੱਤੇ ਵੇ ਲਿਖਿਆ ਹੋਇਆ ਸੋ ਗੇਟਵੇ ਤੋਂ ਤੁਸੀਂ ਗੇਟਵੇ ਆਫ ਸਾਊਥ ਇੰਡੀਆ ਯਾਦ ਰੱਖ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਚਨਈ ਸਾਊਥ ਦੇ ਵਿੱਚ ਹੈ ਸਾਊਥ ਇੰਡੀਆ ਦੇ ਵਿੱਚ ਹੈ ਸੋ ਸਾਊਥ ਇੰਡੀਆ ਐਵੇਂ ਯਾਦ ਰੱਖਣਾ ਕੋਈ ਡਿਫਿਕਲਟ ਗੱਲ ਨਹੀਂ ਹੈ ਉਤਬਾ ਡੈਟਰਾਇਟ ਆਫ ਏਸ਼ੀਆ ਕਿਵੇਂ ਯਾਦ ਰੱਖੋਗੇ ਡਿਟਾਲ ਦੇ ਨਾਲ ਠੀਕ ਹੈ ਡਿਟਾਲ ਵਰਡ ਦੇ ਨਾਲ ਡੈਟਰਾਇਟ ਯਾਦ ਰੱਖ ਸਕਦੇ ਹੋ ਸੋ ਆਈ ਹੋਪ ਇਹ ਟ੍ਰਿਕ ਨਾਲ ਤੁਹਾਨੂੰ ਚਾਰੋਂ ਨਾਮ ਯਾਦ ਹੋ ਗਏ ਹੋਣਗੇ ਸੋ ਨੈਕਸਟ ਆਪਾਂ ਦੇਖਦੇ ਆਂ ਮੈਂਚੈਸਟਰ ਆਫ ਸਾਊਥ ਇੰਡੀਆ ਟੈਕਸਟਾਈਲ ਸਿਟੀ ਆਫ ਇੰਡੀਆ ਮੈਂਚੈਸਟਰ ਵਾਲੇ ਬਹੁਤ ਹੈ ਮੈਂਚੈਸਟਰ ਆਫ ਪੰਜਾਬ ਕਿਤਾ ਮੈਂਚੈਸਟਰ ਆਫ ਇੰਡੀਆ ਕਿਤਾ ਉਹਨ ਮੈਂਚੈਸਟਰ ਆਫ ਸਾਊਥ ਇੰਡੀਆ ਤੇ ਆ ਗਿਆ ਆਪਾਂ ਮੈਂਚੈਸਟਰ ਆਫ ਸਾਊਥ ਇੰਡੀਆ ਤੇ ਟੈਕਸਟਾਈਲ ਸਿਟੀ ਆਫ ਇੰਡੀਆ ਕਿਹਨੂੰ ਬੋਲਦੇ ਹੈ ਕੰਬੇਟ ਔਰ ਨੂੰ ਹੁਣ ਇਹ ਕਿਵੇਂ ਯਾਦ ਰੱਖੋਗੇ ਇਹਦੇ ਵਿੱਚ ਵੀ ਮੈਨ ਦਾ ਐਗਜ਼ਾਮਪਲ ਹੋ ਤੇ ਆਪਾਂ ਨੂੰ ਪਤਾ ਹੈ ਕੰਬੈਟ ਔਰ ਸਾਊਥ ਦੇ ਵਿੱਚ ਹੈ ਨਾ ਤਾਂ ਥੋੜਾ ਜਿਹਾ ਤੁਹਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਕਿ ਸਾਊਥ ਇੰਡੀਆ ਦੇ ਆਪਾਂ ਗੱਲ ਕਰ ਰਹੇ ਹਾਂ ਓਕੇ ਮੈਂਚੈਸਟਰ ਆਫ ਪੰਜਾਬ ਯਾਦ ਰੱਖਣਾ ਤਾਂ ਮੁਸ਼ਕਿਲ ਨਹੀਂ ਹੈ ਕਿ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਲੁਧਿਆਣਾ ਪੰਜਾਬ 'ਚ ਹੀ ਐ ਸੋ ਪੰਜਾਬ ਉੱਥੇ ਯਾਦ ਹੋ ਜਾਊਗਾ ਹੁਣ ਦੇਖੋ ਹੁਣ ਜਿਹੜਾ ਇੱਥੇ ਇੱਕ ਮੈਨ ਹੈ ਨਾ ਉਹ ਕੀ ਐ ਟੈਕਸਟਾਈਲ ਇੰਡਸਟਰੀ ਦੇ ਵਿੱਚ ਕੰਮ ਕਰਦਾ ਐ ਸੋ ਟੈਕਸਟਾਈਲ ਇੰਡਸਟਰੀ ਕੱਪੜਿਆਂ ਦੀ ਇੰਡਸਟਰੀ ਹੁੰਦੀ ਐ ਕਾਟਨ ਵਗੈਰਾ ਵੀ ਉੱਥੇ ਆਮ ਤੌਰ ਤੇ ਹੁੰਦੀ ਹੋਈ ਐ ਸੋ ਟੈਕਸਟਾਈਲ ਇੰਡਸਟਰੀ ਚ ਕੰਮ ਕਰਦਾ ਹੈ ਤਾਂ ਉਹ ਕੀ ਕਰ ਰਿਹਾ ਉਹ ਕਾਟਨ ਨੂੰ ਕੌਮ ਦੀ ਹੈਲਪ ਦੇ ਨਾਲ ਥੋੜਾ ਠੀਕ ਕਰ ਰਿਹਾ ਠੀਕ ਹੈ ਜਿਵੇਂ ਮਰਜ਼ੇ ਤੁਸੀਂ ਉਹਨੂੰ ਇਮੇਜਿਨ ਕਰ ਸਕਦੇ ਹੋ ਇਹ ਤੁਹਾਡੇ ਤੇ ਐ ਸੋ ਇਹ ਚੀਜ਼ ਨਾਲ ਤੁਹਾਨੂੰ ਕਿਵੇਂ ਯਾਦ ਹੋ ਗਿਆ ਦੇਖੋ ਮੈਨ ਤੋਂ ਮੈਂਚੈਸਟਰ ਆਫ ਸਾਊਥ ਇੰਡੀਆ ਉਹ ਤੋਂ ਬਾਅਦ ਟੈਕਸਟਾਈਲ ਸਿਟੀ ਆਫ ਇੰਡੀਆ ਟੈਕਸਟਾਈਲ ਇੰਡਸਟਰੀ ਚੋਂ ਕੰਮ ਕਰਦਾ ਹੈ ਇੱਥੋਂ ਯਾਦ ਰੱਖ ਸਕਦੇ ਹੋ ਓਕੇ ਉਹ ਤੋਂ ਬਾਅਦ ਕੌਮ ਕਿਉਂ ਕੌਮ ਕਰਦਾ ਹੈ ਤਾਂ ਇੱਥੇ ਤੁਸੀਂ ਕੰਬੇ ਟੌਰ ਨੂੰ ਯਾਦ ਰੱਖ ਸਕਦੇ ਹੋ ਓਕੇ ਅਗਰ ਤੁਹਾਨੂੰ ਕੋਈ ਹੋਰ ਅੱਛੀ ਟ੍ਰਿਕਸ ਦਿਮਾਗ 'ਚ ਆਈਆਂ ਨਾ ਤੁਹਾਡੇ ਤਾਂ ਪੱਕਾ ਕਮੈਂਟਸ 'ਚ ਦੱਸਿਓ ਸੋ 28th ਹੈ ਗੇਟਵੇ ਆਫ ਨਾਰਥ ਈਸਟ ਇੰਡੀਆ ਗੁਹਾਟੀ ਇਹਦੇ ਲਈ ਕੋਈ ਮੈਨੂੰ ਅੱਛੀ ਟ੍ਰਿਕ ਸਮਝ ਨਹੀਂ ਆਈ ਸੋ ਅਗਰ ਤੁਹਾਨੂੰ ਤੁਹਾਡੇ ਦਿਮਾਗ 'ਚ ਕੋਈ ਅੱਛੀ ਟ੍ਰਿਕ ਆਈ ਨਾ ਇਹਦੇ ਲਈ ਤਾਂ ਕਮੈਂਟਸ 'ਚ ਜ਼ਰੂਰ ਦੱਸਿਓ ਗੇਟਵੇ ਆਫ ਨਾਰਥ ਈਸਟ ਇੰਡੀਆ ਕਿਹਨੂੰ ਬੋਲਦੇ ਆ ਗੁਹਾਟੀ ਨੂੰ ਉਸ ਤੋਂ ਬਾਅਦ ਕੋਲ ਕੈਪੀਟਲ ਆਫ ਇੰਡੀਆ ਕਿਹਨੂੰ ਬੋਲਦੇ ਆ ਧਨબાદ ਨੂੰ ਦੇਖੋ ਅੱਜਕੱਲ ਕੋਇਲੇ ਦਾ ਕੰਮ ਹੈ ਜਿਹੜਾ ਉਹ ਬਹੁਤ ਵਧੀਆ ਚੱਲ ਰਿਹਾ ਓਕੇ ਜਿਹੜੀ ਜਿਨ੍ਹਾਂ ਦੀ ਕੋਲ ਮਾਈਨਸ ਹੁੰਦੀ ਹੈ ਉਹ ਬਹੁਤ ਜ਼ਿਆਦਾ ਧਨ ਕਮਾਉਂਦੇ ਆ ਨਾ ਸੋ ਬਹੁਤ ਜ਼ਿਆਦਾ ਰਿਚ ਹੁੰਦੇ ਆ ਉਹ ਸੋ ਕੋਲ ਤੇ ਧਨ ਠੀਕ ਹੈ ਸੋ ਕੋਲ ਕੈਪੀਟਲ ਆਫ ਇੰਡੀਆ ਕਿਹਨੂੰ ਬੋਲਦੇ ਆ ਧਨ ਬਾਦ ਨੂੰ ਜਿਹਦੇ ਕੋਲ ਕੋਲ ਮਾਈਨਸ ਆ ਉਹ ਧਨવાન ਹੀ ਹੋਗਾ ਸੋ ਧਨ ਬਾਦ ਧਨવાન ਐਵੇਂ ਯਾਦ ਰੱਖ ਸਕਦੇ ਹਾਂ ਠੀਕ ਹੈ ਦੇਖੋ ਨੈਕਸਟ ਹੈ ਸਟੀਲ ਸਿਟੀ ਆਫ ਇੰਡੀਆ ਪਿਟਸਬਰਗ ਆਫ ਇੰਡੀਆ ਕਿਨੂੰ ਬੋਲਦੇ ਆ ਜਮਸ਼ੇਦਪੁਰ ਨੂੰ ਹੁਣ ਇਹਨਾਂ ਨੂੰ ਵੀ ਕਾਪਾ ਬੜੀ ਵਧੀਆ ਟ੍ਰਿਕ ਨਾਲ ਯਾਦ ਕਰ देखो स्टील स्ट्रोंग होंगे उस गल करिए डॉग दिख रहा ना रहे पिटबुल काफी ज्यादा स्ट्रोंग होंगे सो इत अपने कोोंोंोंग स्ट्रोंोंोंग का की बन गया एक बॉन्ड बन गया ना मीनस आप दोनों स्ट्रोंोंग चीज की गल कर रहे हैं सो एक बॉन्ड ज क्रिएट हो गया कि दोनों चीज़ आपस इंटर रिलेटेड है बिकॉज ये दोनों स्ट्रोंोंग है, है तो एक बॉन्ड हो गया ओके सो बॉन्ड तो ਤੁਸੀਂ ਕਿਹਨੂੰ ਯਾਦ ਰੱਖ ਸਕਦੇ ਹੋ ਜੇਮਸ ਬੌਂਡ ਨੂੰ ਨਾਮ ਤੋਂ ਸੁਣਾ ਹੀ ਹੋਗਾ 인કા ओके ਦੇਖੀ ਵੀ ਹੋਗੀ ਤੁਸੀਂ ਸੀਰੀਅਸ ਡਿਟੈਕਟਿਵ ਹੁੰਦੇ ਹੈ ਸੋ ਜੇਮਸ ਬੌਂਡ ਹੁਣ ਦੋਨੋਂ ਦੇਖੋ ਇਥੋਂ ਕਿਵੇਂ ਯਾਦ ਹੋ ਗਿਆ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਸਟੀਲ ਸਟੀਲ ਤੋਂ ਸਟੀਲ ਸਿਟੀ ਆਫ ਇੰਡੀਆ ਉਸ ਤੋਂ ਬਾਅਦ ਪਿਟ ਬੁੱਲ ਤੋਂ ਪਿਟਸਬਰਗ ओके ਤੇ ਬੌਂਡ ਬਣ ਗਿਆ ਸੋ ਬੌਂਡ ਤੋਂ ਜੇਮਸ ਬੌਂਡ ਦਾ ਨਾਮ ਯਾਦ ਰੱਖਣਾ ਹੈ ਜੇਮਸ ਬੌਂਡ ਦਾ ਨਾਮ ਯਾਦ ਹੋ ਗਿਆ ਤਾਂ ਜਮਸ਼ੇਦਪੁਰ ਆਪਣੇ ਆਪ ਯਾਦ ਹੋ ਜਾਊਗਾ ओके सो नैक्सट देखो थर्टी टू है लैदर सिटी ऑफ वर्ल्ड कानपुर भी कोई मैं अच्छी ट्रिक समझ नहीं आई सो कमेंट्स दस्यो बस स्विटरलैंड ऑफ इंडिया कश्मीर कश्मीर बहुत ज़्यादा सुंदर है स्विट्जरलैंड भी बहुत ज़्यादा सुंदर है यदि ट्रिक दी भी आई थिंक कोई जरूरत नहीं है सबू पता ही है नैक्सट देखो कैशियो कैपीटल ऑफ वर्ल्ड कोलम हूँ इनू याद रखने एक बहुत ही सिंपल जी ट्रिक है ਦੇਖੋ ਅਗਰ ਤੁਸੀਂ ਕਾਲਮ ਨੂੰ ਧਿਆਨ ਨਾਲ ਦੇਖੋ ਇੰਨਾ ਕੁ ਵਰਡ ਚੱਕ ਲੋ ਇਹ ਕੀ ਬਣ ਗਿਆ ਕੋਲ ਕਾਲਮ ਤੋਂ ਕੋਲਾ ਸੋ ਕੋਲਾ ਤੋਂ ਕੀ ਦੀ ਆਦਾਰੀ ਹੈ ਕੋਕਾ ਕੋਲਾ ਪਿੱਤਾ ਇਹ ਉਹ ਕਰਨਾ ਕਰਦਾ ਤੁਹਾਨੂੰ ਜ਼ਿੰਦਗੀ ਚ ਸੋ ਕੋਕਾ ਕੋਲਾ ਕੋਕਾ ਕੋਲਾ ਕਿਦੇ ਨਾਲ ਖਰੀਦਾਂਗੇ ਕੈਸ਼ ਨਾਲ ਖਰੀਦਾਂਗੇ ਪੈਸੇ ਹੋਣਗੇ ਤਾਂ ਹੀ ਖਰੀਦ ਪਾਵਾਂਗੇ ਸੋ ਕੈਸ਼ ਯੂ ਕੈਪੀਟਲ ਤੋਂ ਇਥੋਂ ਕੈਸ਼ ਕੈਸ਼ ਵਰਡ ਯਾਦ ਰੱਖੋ ਤੇ ਕਾਲਮ ਤੋਂ ਕੋਕਾ ਕੋਲਾ ਨੂੰ ਯਾਦ ਰੱਖੋ ਸੋ ਯਾਦ ਹੋ ਗਿਆ ਸੋ ਨੈਕਸਟ ਐ ਸਿਟੀ ਆਫ ਨਵਾਬਸ ਕਿਨੂੰ ਬੋਲਦੇ ਆ ਲਖਨਊ ਨੂੰ ਇਹ ਕਿਵੇਂ ਯਾਦ ਰੱਖੋਗੇ ਅਗਰ ਕੋਈ ਬੰਦਾ ਨਵਾਬ ਹੈ ਤਾਂ ਓਬਵੀਅਸਲੀ ਉਹਦੇ ਕੋਲ ਬਹੁਤ ਜ਼ਿਆਦਾ ਪੈਸੇ ਹੈ ਲੱਖਾਂ ਰੁਪਏ ਹੈ ਓਕੇ ਲੱਖਾਂ ਰੁਪਏ ਤੋਂ ਤੁਸੀਂ ਨਵਾਬ ਯਾਦ ਰੱਖ ਸਕਦੇ ਹੋ ਇਹ ਵੀ ਕੋਈ ਮੁਸ਼ਕਿਲ ਨਹੀਂ ਹੈਗਾ ਯਾਦ ਰੱਖਣਾ ਈਜ਼ੀ ਹੈ ਠੀਕ ਹੈ ਸੋ ਨੈਕਸਟ ਆਪਣੇ ਕੋਲ ਹੈ ਗੇਟਵੇ ਆਫ ਇੰਡੀਆ ਸਿਟੀ ਆਫ ਡ੍ਰੀम्स ਫਾਈਨੈਂਸ਼ੀਅਲ ਕੈਪੀਟਲ ਆਫ ਇੰਡੀਆ ਕਿਨੂੰ ਬੋਲਦੇ ਆ ਮੁੰਬਈ ਨੂੰ ਹੁਣ ਇਹਨੂੰ ਯਾਦ ਕਿਵੇਂ ਰੱਖ ਸਕਦੇ ਆ ਦੇਖੋ ਗੇਟਵੇ ਆਫ ਇੰਡੀਆ ਜਿਹੜਾ ਵੈਸੇ ਵੀ ਕਿੱਥੇ ਹੈ ਮੁੰਬਈ ਦੇ ਵਿੱਚ ਹੈ ਸੋ ਗੇਟਵੇ ਆਫ ਇੰਡੀਆ ਮੁੰਬਈ ਨੂੰ ਬੋਲਦੇ ਆں ਉਹ ਤੋਂ ਬਾਅਦ ਸਿਟੀ ਆਫ ਡ੍ਰੀम्स ਸੁਪਨੋ ਕੀ ਦੁਨੀਆ ਉੱਥੇ ਬਹੁਤ ਸਾਰੇ ਜਿਹੜੇ ਪਰਸਨ ਹੁੰਦੇ ਆ ਉਹ ਐਕਟਰ ਐਕਟ੍ਰੈਸ ਬਣਨ ਨੂੰ ਜਾਂਦੇ ਆ ਬਹੁਤ ਸਾਰਾ ਡ੍ਰੀम्स ਲੈ ਕੇ ਜਾਂਦੇ ਆ ਉੱਥੇ ਸੋ ਸਿਟੀ ਆਫ ਡ੍ਰੀम्स ਵੀ ਕਿਨੂੰ ਬੋਲਦੇ ਆ ਮੁੰਬਈ ਨੂੰ ਇਹ ਵੀ ਕੋਈ ਮੁਸ਼ਕਿਲ ਨਹੀਂ ਆ ਯਾਦ ਰੱਖਣਾ ਉਹ ਤੋਂ ਬਾਅਦ ਫਾਈਨੈਂਸ਼ੀਅਲ ਕੈਪੀਟਲ ਆਫ ਇੰਡੀਆ ਵੀ ਮੁੰਬਈ ਨੂੰ ਬੋਲਦੇ ਆਂ ਆਪਾਂ ਨੂੰ ਪਤਾ ਹੈ ਆਰਬੀਆਈ ਹੈ ਆਰਬੀਆਈ ਦਾ ਹੈੱਡ ਕੁਆਰਟਰ ਕਿੱਥੇ ਹੈ ਮੁੰਬਈ ਦੇ ਵਿੱਚ ਹੈ ਸੋ ਤੁਸੀਂ ਉੱਥੋਂ ਯਾਦ ਰੱਖ ਸਕਦੇ ਹੋ ਓਕੇ ਉਤੋਂ ਬਾਅਦ ਨੈਕਸਟ ਹੈ ਮੰਗੇਓ ਸਿਟੀ ਮਾਲੜਾ ਹੁਣ ਜਿਹੜਾ ਮਾਲੜ ਹੈ ਉਹ ਬੇਸਿਕਲੀ ਔਰੇਂਜ ਟਿਕ ਟਾਈਪ ਹੁੰਦੀ ਹੈ ਸੋ ਇਹ ਵੀ ਫਰੂਟ ਹੈ ਮੰਗੇਓ ਵੀ ਫਰੂਟ ਹੈ ਸੋ ਮੰਗੇਓ ਸਿਟੀ ਮਾਲੜਾ ਜਾਂ ਫਿਰ ਐਮ ਟੂ ਐਮ ਉਹ ਵੀ ਯਾਦ ਰੱਖ ਸਕਦੇ ਹੋ ਉਤੋਂ ਬਾਅਦ ਡਾਇਮੰਡ ਸਿਟੀ ਆਫ ਇੰਡੀਆ ਸੂਰਤ ਗਰਲਸ ਕੀ ਕਰਦੀਆਂ ਆਪਣੇ ਸੂਰਤ ਨੂੰ ਨਿਖਾਰਨ ਦੇ ਲਈ ਡਾਇਮੰਡ ਇਅਰਿੰਗਸ ਡਾਇਮੰਡ तो नैकलेस पाना पसंद कर दी हैं सो याद रख सकते हो डायमंड सूरत ओके सो नैक्सट की है राइस बाउल ऑफ इंडिया किनू बोलते हैं छत्तीसगढ़ में यहनों याद रखोंगे एक वर्ड राइस लै लो एक लै लो छत्तीस ठीक है सपोज करो कि अजकल जी राइस की कीमत है वह कि चलती पई है रुपीस छत्तीस रुपये पर के जी ठीक है थोड़ी जी इमेजनरी लगती है सिचुएशन बट याद रखने आंदा सो छत्तीस 36 ਨੂੰ 36 ਬੋਲਦੇ ਹਨ ਤੇ ਰਾਈਸ ਐਵੇਂ ਯਾਦ ਰੱਖ ਸਕਦੇ ਹੋ ਉਹ ਤੋਂ ਬਾਅਦ ਨੈਕਸਟ ਹੈ ਲੈਂਡ ਆਫ ਫਾਈਵ ਰਿਵਰਸ ਆਪਣਾ ਪਿਆਰਾ ਪੰਜਾਬ ਇਹਨੂੰ ਤਾਂ ਯਾਦ ਰੱਖਣ ਦੀ ਜ਼ਰੂਰਤ ਹੀ ਨਹੀਂ ਆਪਾਂ ਨੂੰ ਪਤਾ ਹੀ ਹੈ ਕਿਉਂਕਿ ਪੰਜਾਬ ਵਰਡ ਹੀ ਪੰਜ ਆਬ ਮੀਨਸ ਪੰਜ ਨਦੀਆਂ ਦਾ ਸਮੂਹ ਉੱਥੇ ਹੀ ਬਣਿਆ ਹੋਇਆ ਵਰਡ ਸੋ ਨੈਕਸਟ ਕੀ ਇਜ਼ ਸਿਟੀ ਆਫ ਵੀਵਰਸ ਸਿਟੀ ਆਫ ਹੈਂਡਲੂਮਸ ਕਿਨੂੰ ਬੋਲਦੇ ਹਨ ਪਾਣੀਪਤ ਨੂੰ ਹੁਣ ਇਹਨੂੰ ਕਿਵੇਂ ਯਾਦ ਰੱਖੋਗੇ ਪਾਣੀਪਤ ਪਾਣੀ ਪੱਤ ਦੇ ਨਾਮ ਦੇ ਵਿੱਚ ਪਾਣੀ ਹੈ ਮੀਨਸ ਵਾਟਰ सिटी ऑफ वीवर्स वीवर्स ਤੇ ਰੀਵਰਸ ਥੋੜਾ ਇੰਟਰ ریلیਟਡ ਵਰਡ ਨਹੀਂ ਹੈ ਸੋ ਹੈਂਡਲੂਮ ਇੰਡਸਟਰੀ ਦੇ ਵਿੱਚ ਟਾਵਲਸ ਵਗੈਰਾ ਸੋ ਤੁਸੀਂ ਇੰਟਰ ریلیਟ ਕਰ ਸਕਦੇ ਹੋ ਨਾ ਟਾਵਲ ਰੀਵਰ ਰੀਵਰ ਦੇ ਵਿੱਚ ਪਾਣੀ ਹੁੰਦਾ ਹੈ ਤੇ ਅਗਰ ਪਾਣੀ ਗਿਰ ਜੇ ਉਹਨੂੰ ਸਾਫ਼ ਕਰਨ ਦੇ ਲਈ ਟਾਵਲ ਦੀ ਜ਼ਰੂਰਤ ਪੈਂਦੀ ਹੈ ਸੋ ਇਹ ਨਾਲ ਤੁਸੀਂ ਇੰਟਰ ریلیਟ ਕਰ ਸਕਦੇ ਹੋ ਉਹ ਤੋਂ ਬਾਅਦ ਨੈਕਸਟ ਹੈ ਕੈਲੀਫੋਰਨੀਆ ਆਫ ਇੰਡੀਆ ਵਾਈਨ ਕੈਪੀਟਲ ਆਫ ਇੰਡੀਆ ਗਰੇਪ ਸਿਟੀ ਆਫ ਇੰਡੀਆ ਸਭ ਤੋਂ ਪਹਿਲਾਂ ਤੁਸੀਂ ਇੰਟਰਲੀਟ ਕਰੋ ਆਪਾਂ ਨੂੰ ਪਤਾ ਜਿਹੜੀ ਵਾਈਨ ਹੈ ਉਹ ਗਰੇਪਸ ਤੋਂ ਬਣਦੀ ਹੈ ਨਾ ਸੋ ਆਪਾਂ ਗਰੇਪ ਵਰਡ ਯਾਦ ਰੱਖਾਂਗੇ ਕੈਲੀ ਵਰਡ ਯਾਦ ਰੱਖਾਂਗੇ ਫੋਰਨੀਆ ਵਰਡ ਯਾਦ ਰੱਖਾਂਗੇ ਤੇ ਸਿਕ ਵਰਡ ਯਾਦ ਰੱਖਾਂਗੇ ਨਾ ਸਿਕ ਦਾ ਕਿਵੇਂ ਹੁਣ ਸਪੋਜ਼ ਕਰੋ ਪਰਸਨ ਹੈ ਕੋਈ ਜਿਹਦਾ ਨਾਮ ਕੀ ਹੈ ਕੈਲੀ ਤੇ ਉਹ ਕਿੱਥੋਂ ਆਇਆ ਫੋਰਨ ਕੰਟਰੀ ਤੋਂ ਆਇਆ ਕਿਸੇ ਇੰਡੀਆ ਦੇ ਵਿੱਚ ਰਹਿਣ ਬਟ ਜਿਵੇਂ ਉਹ ਇੰਡੀਆ ਦੇ ਵਿੱਚ ਆਇਆ ਉਹ ਬਹੁਤ ਜ਼ਿਆਦਾ ਸਿਕ ਹੋ ਗਿਆ ਤਾਂ ਜਦੋਂ ਡਾਕਟਰ ਨੂੰ ਦਿਖਾਨ ਗਿਆ ਡਾਕਟਰ ਨੇ ਉਹਨੂੰ ਗਰੇਪਸ ਖਾਣ ਦੀ ਸਲਾਹ ਦਿੱਤੀ ਇਮੇਜినਰੀ ਚੀਜ਼ਾਂ ਨੇ ਬਟ ਯਾਦ ਰੱਖਣ ਲਈ ਕੀ ਹੁੰਦਾ ਸੋ ਕੈਂਡੀ ਨਾਮ ਹੈ ਪਰਸਨ ਦਾ ਇੱਥੇ ਕੈਲੀ ਹੋ ਗਿਆ ਯਾ ਫੌਰਨ ਤੋਂ ਆਇਆ ਫੌਰਨੀਆ ਹੋ ਗਿਆ ਓਕੇ ਉਸ ਤੋਂ ਬਾਅਦ ਇੱਥੇ ਆ ਕੇ ਸਿਕ ਹੋ ਗਿਆ ਸੋ ਨਾਸਿਕ ਸਿਕ ਤੇ ਸਿਕ ਦੈਨ ਗਰੇਪਸ ਤੁਸੀਂ ਯਾਦ ਰੱਖ ਸਕਦੇ ਹੋ ਕਿ ਡਾਕਟਰ ਇਹਨਾਂ ਨੂੰ ਗ੍ਰੇਪਸ ਖਾਣ ਦੀ ਸਲਾਹ ਦਿੱਤੀ ਤੇ ਆਪਾਂ ਨੂੰ ਪਤਾ ਜਿਹੜੀ ਵਾਈਨ ਹੈ ਉਹ ਬਣਦੀ ਗ੍ਰੇਪਸ ਤੋਂ ਐ ਸੋ ਇਹ ਵੀ ਯਾਦ ਹੋ ਗਿਆ ਉਦੋਂ ਬਾਅਦ ਨੈਕਸਟ ਹੈ ਵਾਰਾਨਸੀ ਹੌਲੀ ਸਿਟੀ ਸਿਟੀ ਆਫ ਲਾਈਟਸ ਸਪਿਰਚੁਅਲ ਕੈਪੀਟਲ ਆਫ ਇੰਡੀਆ ਵਾਰਾਨਸੀ ਗੰਗਾ ਨਦੀ ਦੇ ਕਿਨਾਰੇ ਹੈ ਨਾ ਤੁਹਾਨੂੰ ਉੱਥੇ ਪੂਜਾ ਵੀ ਕਈ ਵਾਰ ਦੇਖੀ ਹੋਊਗੀ ਸੋ ਵਾਰਾਨਸੀ ਦੇ ਵਿੱਚ ਬਹੁਤ ਸਾਰੇ ਟੈਂਪਲਸ ਐ ਸੋ ਹੌਲੀ ਸਿਟੀ ਤਾਂ ਆਪਣੇ ਆਪ ਹੋਊਗੀ ਉਦੋਂ ਬਾਅਦ ਸਿਟੀ ਆਫ ਲਾਈਟਸ ਉੱਥੇ ਤੁਸੀਂ ਦੇਖਿਆ ਉਹ ਬਹੁਤ ਸਾਰਾ ਦੀਏ ਜਲਾਏ ਹੁੰਦੇ ਆ ਗੰਗਾ ਨਦੀ ਦੇ ਵਿੱਚ ਸੋ ਸਿਟੀ ਆਫ ਲਾਈਟਸ ਤਾਂ ਕਰਕੇ ਬੋਲਦੇ ਆ ਉਹਨੂੰ ਉਹ ਤੋਂ ਬਾਅਦ ਸਪਿਰਚੁਅਲ ਕੈਪੀਟਲ ਆਫ ਇੰਡੀਆ ਇਹ ਵੀ ਗੋਡ ਨਾਲ ਰਿਲੇਟਡ ਐ ਸੋ ਇਹਨਾਂ ਦਾ ਤੁਸੀਂ ਯਾਦ ਰੱਖ ਸਕਦੇ ਹੋ ਸੋ ਨੈਕਸਟ ਆਪਣੇ ਕੋਲ ਐ ਗੇਟਵੇ ਟੂ ਦੁਆਰਸ ਸਿਲੀਗੁੜੀ ਇਹਦਾ ਵੀ ਮੈਨੂੰ ਕੁਝ ਖਾਸ ਟ੍ਰਿਕ ਸਮਝ ਨਹੀਂ ਆਈ ਸੋ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਉਹ ਤੋਂ ਬਾਅਦ ਨੈਕਸਟ ਐ ਸਿਟੀ ਆਫ ਫਲੇਕਸ ਸਿਟੀ ਆਫ ਫਲੇਕਸ ਉਦੈਪੁਰ ਹੁਣ ਦੇਖੋ ਲੇਕ ਤੇ ਉਦੈ ਇਹਨੂੰ ਕਿਵੇਂ ਯਾਦ ਰੱਖਾਂਗੇ ਸਨ ਕੀ ਹੁੰਦਾ ਐ सन अगर आप देखिए किसी भी लेक दे जाके सपोज करो किसी वाटर बॉडी को जाके या किसी लेक को जाके अगर आप सन देखिए आपखिए हूँ ऐ लगता ना कि सन पानी के अंदरों निकल रहा है मीनस उदय हो रहा है सो so, उदय लेक यू तुम एवं इंटरलेट कर सकते हो सन दे और तो बाद नैक्सट है सन सिटी जोधपुर हूँ इनू किमें याद रखोंगे ਦੇਖੋ ਜਿਹੜੇ ਵੀ ਯੋਧਾ ਹੁੰਦੇ ਐ ਯੋਧਾ ਆ ਜਾਂ ਯੋਧਾ ਉਹ ਮੈਂ ਬੋਲ ਸਕਦੇ ਹਾਂ ਉਹਨਾਂ ਦੇ ਫੇਸ ਦੇ ਉੱਪਰ ਤੁਹਾਨੂੰ ਬਹੁਤ ਜ਼ਿਆਦਾ ਤੇਜ ਦਿਖੂਗਾ ਠੀਕ ਹੈ ਤੇ ਸਨ ਦੇ ਵਿੱਚ ਵੀ ਬਹੁਤ ਜ਼ਿਆਦਾ ਤੇਜ ਹੁੰਦਾ ਸੋ ਸਨ ਤੇ ਯੋਧਾ ਤੁਸੀਂ ਐਵੇਂ ਯਾਦ ਰੱਖ ਸਕਦੇ ਹੋ ਦੋਨਾਂ ਨੂੰ ਸੋ ਅੱਜ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਸਿਟੀਆਂ ਦੇ ਇੰਪੋਰਟੈਂਟ ਨੇਮਸ ਯਾ ਸਟੇਟਸ ਦੇ ਇੰਪੋਰਟੈਂਟ ਨੇਮਸ ਜੋ ਆਪਾਂ ਯਾਦ ਕਰ ਲੇ ਨੈਕਸਟ ਵੀਡੀਓ ਦੇ ਵਿੱਚ ਵਰਡਸ ਸਿਟਿਸ ਦੇਖਾਂਗੇ ਰਿਵਰਸ ਦੇਖਾਂਗੇ ਤੇ ਨਾਲ ਹੀ ਫੇਮਸ ਪਰਸਨੈਲਿਟੀਆਂ ਦੇ ਨਿਕਨੇਮਸ ਦੇਖਾਂਗੇ ਓਕੇ ਸੋ ਇਹ ਟ੍ਰਿਕਸ ਨੂੰ ਯਾਦ ਰੱਖਿਓ ਬਹੁਤ ਜ਼ਿਆਦਾ ਕੰਮ ਆਣ ਗਿਆ ਤੁਹਾਡੇ ਪੇਪਰ ਚ ਤੇ ਕੁਐਸਚਨਸ ਵੀ ਕਰਾਂਗੇ ਅਲੱਗ ਤੋਂ ਇੱਕ ਵੀਡੀਓ ਦੇ ਵਿੱਚ ਤਾਂ ਕਿ ਤੁਹਾਡੀ ਰਿਵੀਜ਼ਨ ਹੋ ਜਾਏ ਸੋ ਅੱਜ ਲਈ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ